ਕੀ ਮਸਲਾ ਕੀ ਹੈਗਾ ਜਿਹੜਾ ਮੱਥਾ ਤਾਂ ਸਾਨੂੰ ਖਰਾਬ ਕਰਦੇ ਆ ਜੇ ਕੋਈ ਲੇਡੀਜ਼ ਸੌਰੀ ਆ ਤਾਂ ਉਤਾਰ ਦੇਣਗੇ ਉਹਦੇ ਅਸੀਂ ਕਿਹਾ ਵੀ ਰੋਕੋ ਉਹ ਡਰਾਈਵਰ ਪਿੱਛੇ ਹੋ ਗਿਆ ਕਹਿੰਦਾ ਮੈਂ ਖੜੀਏ ਬਸ ਮੈਂ ਨਹੀਂ ਤੋੜਦਾ ਗਾ ਕਿੰਨੇ ਸਮੇਂ ਤੋਂ ਸਮੱਸਿਆ ਜਿਹੜੀ ਆ ਰਹੀ ਇਹ ਸਮੱਸਿਆ ਤਾਂ ਬਹੁਤ ਪੁਰਾਣੀ ਸਮੱਸਿਆ ਚੱਲੀ ਜਾਂਦੀ ਹੈ ਹੁਣ ਅਸੀਂ ਰੋਕਣ ਲੱਗੇ ਹਾਂ ਕੁਛ ਕੋਈ ਡਰਾਈਵਰ ਖਰਾਬ ਕਰਦੇ ਬਹੁਤ ਜ਼ਿਆਦਾ ਰੋਡਵੇਜ ਵਾਲੇ ਮੰਗ ਕੀ ਮੁਕਤਸਰ ਡਿਪੂ ਦੀ ਬੱਸ ਆ ਨਾਲ ਇਹ ਵੀ ਹੈ ਮਾਝਾ ਪ੍ਰਸ਼ਾਸਨ ਨੂੰ ਸਾਡੀ ਬੱਸਾਂ ਰੁਕਣ ਅਸੀਂ ਸ਼ਾਂਤਮਈ ਧਰਨਾ ਲਾਉਂਦੇ ਹਾਂ ਸ਼ਾਂਤਮਈ ਦੀਆਂ ਬੱਸਾਂ ਰੁਕੀਆਂ ਸੀਗੀਆਂ ਸ਼ਾਂਤਮਈ ਨੇ ਅੱਜ ਕਿਹਾ ਸਵਾਰੀਆਂ ਲਾਓ ਜੇ ਜਾਓ ਤੁਸੀਂ ਇੱਥੇ ਮੁਕਤਸਰ ਸਾਹਿਬ ਫਰੀਦਕੋਟ ਦੇ ਡਿਪੂ ਜੀ ਵੀ ਦੇ ਕੇ ਆਏ ਦਰਖਾਸਤ ਡੀ ਐਮ ਸਾਹਿਬ ਨੂੰ ਮੁਕਤਸਰ ਵੀ ਦਿੱਤੀ ਆ ਇਹ ਰੋਡਵੇ ਵਾਲੇ ਬਹੁਤ ਖਰਾਬ ਕਰਦੇ ਹੁਣ ਇੱਕ ਸਵਾਰੀ ਸੀ ਲਾਈ ਨਹੀਂ ਅੱਗੋਂ ਇਹ ਜਾਮ ਲਾ ਕੇ ਖੜ੍ਹ ਗਏ ਸਮਾਂ ਬੱਸਾਂ ਨੇ ਇਹਨੇ ਰੋਕ ਲਈਆਂ ਇਹਨਾਂ ਨੇ ਤਿੰਨ ਚਾਰ ਇਹ ਬੱਸਾਂ ਖਰਾਬ ਕਰਦੇ ਹੁਣ ਆਪਦੀ ਆਪ ਅੱਜ ਮਸਲਾ ਕੀ ਹੋਇਆ ਬੰਦਾ ਚੰਗਾ ਨਹੀਂ ਕੋਈ ਬੋਲਦੇ ਅਸੀਂ ਕੁਛ ਨਹੀਂ ਇਹਨਾਂ ਨੂੰ ਇਹ ਖਰਾਬ ਕਰਦੇ ਹੁਣ ਇਹ ਡੀ ਐਮ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਸਾਡੀਆਂ ਅਤੇ ਮੁੱਖ ਮੰਤਰੀ ਨੂੰ ਦਰਖਾਸਤ ਦਿੱਤੀ ਆ ਅੱਜ ਮੰਗ ਕੀ ਕਰਦੇ ਹੁਣ ਜਿਹੜਾ ਮੰਗ ਇਹ ਆ ਵੀ ਅੱਡਾ ਸਾਡਾ ਇਹ ਸਵਾਰੀ ਜਿਹੜੀ ਚੜ੍ਹਾਉਣ ਇਹ ਤਾਰ ਕੇ ਜਾਣ ਇਸ ਤੋਂ ਚੱਕ ਕੇ ਲਿਆਉਣ ਸਾਡੀਆਂ ਪੰਜਾਬ ਰੋਡਵੇਜ਼ ਪਨਬੱਸ ਦੀਆਂ ਬੱਸਾਂ ਕਿਸੇ ਵੀ ਰੂਟ 'ਤੇ ਜਦੋਂ ਚੱਲਦੀਆਂ ਹੈ ਤਾਂ ਜਿੰਨੇ ਸਾਡੇ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਸਟੋਪੇਜ ਹੈ ਉਹਨਾਂ ਸਟੋਪੇਜਾਂ 'ਤੇ ਅਸੀਂ ਅਕਸਰ ਬੱਸ ਨੂੰ ਰੋਕਦੇ ਹਾਂ ਸਵਾਰੀ ਚੜ੍ਹਾਉਂਦੇ ਹਾਂ ਅਤੇ ਲਾਉਂਦੇ ਹਾਂ ਇਸੇ ਤਰ੍ਹਾਂ ਹੀ ਸਾਡਾ ਝਵੇਲ ਵਾਲੀ ਅਤੇ ਵੜਿੰਗ ਜਿਹੜੀਆਂ ਬੱਸਾਂ ਲੌਂਗ ਰੂਟ ਦੀਆਂ ਹੋ ਸਕਦਾ ਉਹਨਾਂ ਕਿਸੇ ਕੋਲ ਸਟੋਪੇਜ ਨਾ ਹੋਵੇ ਜ਼ਿਆਦਾ ਲੰਬੇ ਰੂਟ ਵਾਲੀਆਂ ਕੋਲ ਪਰ ਲੋਕਲ ਬੱਸਾਂ ਕੋਲ ਸਟੋਪੇਜ ਹੈ ਸਾਡੀ ਹਰ ਲੋਕਲ ਬੱਸ ਸਵਾਰੀ ਲਾ ਕੇ ਵੀ ਜਾਂਦੀ ਆ ਚੜ੍ਹਾ ਕੇ ਵੀ ਲੈ ਕੇ ਜਾਂਦੀ ਆ ਪਰੰਤੂ ਫਿਰ ਵੀ ਕੁਝ ਗੁੰਡਾਆਂ ਨੇ ਝਵੇਲ ਵਾਲੀ ਅਤੇ ਵੜਿੰਗਾਂ ਦੇ ਲੋਕਾਂ ਨੇ ਕੁਛ ਸ਼ਰਾਰਤੀ ਅਨਸਰ ਹੁੰਦੇ ਆ ਵਿੱਚ ਪਿੰਡ ਦੇ ਉਹਨਾਂ ਨੇ ਸਾਡੀ ਬੱਸ 0595 ਜਿਹੜੀ ਕਿ ਵਾਪਸ ਚੰਡੀਗੜ੍ਹ ਜਾਣੀ ਸੀ ਉਸਨੂੰ ਨਜਾਇਜ਼ ਤੌਰ 'ਤੇ ਅੱਧਾ ਪੌਣਾ ਘੰਟਾ ਰੋਕ ਕੇ ਰੱਖਿਆ ਜਿਹਦੇ ਕਰਕੇ ਉਹਦਾ ਧੁਰ ਤੋਂ ਧੁਰ ਦਾ ਜਿਹੜਾ ਟਾਈਮ ਮਿਸ ਹੋ ਗਿਆ ਇਸ ਕਰਕੇ ਅਸੀਂ ਅੱਜ ਜਾਮ ਲਾਇਆ ਸੀ ਅਤੇ ਸਾਨੂੰ ਐਸ ਐਚ ਓ ਬਰੀਵਾਲਾ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਉਹਨਾਂ 'ਤੇ ਦੋਸ਼ੀਆਂ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਅਸੀਂ ਉਮੀਦ ਵੀ ਕਰਦੇ ਹਾਂ ਕਿ ਸ਼ਾਮ ਨੂੰ ਜਿਹੜੀ 5 ਵਜੇ ਮੀਟਿੰਗ ਬੁਲਾਈ ਆ ਉਸ ਦੇ ਵਿੱਚ ਬਣਦੀ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਊਗੀ ਜੇਕਰ ਕੋਈ ਪ੍ਰਸ਼ਾਸਨ ਵੱਲੋਂ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਤਾਂ ਅਸੀਂ ਕੱਲ੍ਹ ਨੂੰ ਮੁਕੰਮਲ ਤੌਰ 'ਤੇ ਜਿਹੜਾ ਮੁਕਤਸਰ ਪਨਬੱਸ ਦਾ ਡਿਪੂ ਬੰਦ ਕਰਕੇ ਅਤੇ ਰੋਡ ਜਾਮ ਕਰਾਂਗੇ ਅਤੇ ਨਾਲ ਹੀ ਐਸ ਐਸ ਪੀ ਦਫ਼ਤਰ ਦੇ ਮੂਹਰੇ ਧਰਨਾ ਦੇਵਾਂਗੇ। ਕੀ ਮਸਲਾ ਕੀ ਹੈਗਾ ਜਿਹੜਾ ਮੱਥਾ ਤਾਂ ਸਾਨੂੰ ਖਰਾਬ ਕਰਦੇ ਆ ਜੇ ਕੋਈ ਲੇਡੀਜ਼ ਸੌਰੀ ਆ ਤਾਂ ਉਤਾਰ ਦੇਣਗੇ ਉਹਦੇ ਅਸੀਂ ਕਿਹਾ ਵੀ ਰੋਕੋ ਉਹ ਡਰਾਈਵਰ ਪਿੱਛੇ ਹੋ ਗਿਆ ਕਹਿੰਦਾ ਮੈਂ ਖੜੀਏ ਬਸ ਮੈਂ ਨਹੀਂ ਤੋੜਦਾ ਗਾ ਕਿੰਨੇ ਸਮੇਂ ਤੋਂ ਸਮੱਸਿਆ ਜਿਹੜੀ ਆ ਰਹੀ ਇਹ ਸਮੱਸਿਆ ਤਾਂ ਬਹੁਤ ਪੁਰਾਣੀ ਸਮੱਸਿਆ ਚੱਲੀ ਜਾਂਦੀ ਹੈ ਹੁਣ ਅਸੀਂ ਰੋਕਣ ਲੱਗੇ ਹਾਂ ਕੁਛ ਕੋਈ ਡਰਾਈਵਰ ਖਰਾਬ ਕਰਦੇ ਬਹੁਤ ਜ਼ਿਆਦਾ ਰੋਡਵੇਜ਼ ਵਾਲੇ ਮੰਗ ਕੀ ਮੁਕਤਸਰ ਡਿਪੂ ਦੀ ਬੱਸ ਆ ਨਾਲ ਇਹ ਵੀ ਹੈ ਮਾਝਾ ਪ੍ਰਸ਼ਾਸਨ ਨੂੰ ਸਾਡੀ ਬੱਸਾਂ ਰੁਕਣ ਅਸੀਂ ਸ਼ਾਂਤਮਈ ਧਰਨਾ ਲਾਉਂਦੇ ਹਾਂ ਸ਼ਾਂਤਮਈ ਦੀਆਂ ਬੱਸਾਂ ਰੁਕੀਆਂ ਸੀਗੀਆਂ ਸ਼ਾਂਤਮਈ ਨੇ ਅੱਜ ਕਿਹਾ ਵੀ ਸਵਾਰੀਆਂ ਲਾਓ ਜੇ ਜਾਓ ਤੁਸੀਂ ਇੱਥੇ ਮੁਕਤਸਰ ਸਾਹਿਬ ਫਰੀਦਕੋਟ ਦੇ ਡਿਪੂ ਜੀ ਵੀ ਦੇ ਕੇ ਆਏ ਦਰਖਾਸਤ ਡੀ ਐਮ ਸਾਹਿਬ ਨੂੰ ਮੁਕਤਸਰ ਵੀ ਦਿੱਤੀ ਆ ਇਹ ਰੋਡਵੇ ਵਾਲੇ ਬਹੁਤ ਖਰਾਬ ਕਰਦੇ ਹੁਣ ਇੱਕ ਸਵਾਰੀ ਸੀ ਲਾਈ ਨਹੀਂ ਅੱਗੋਂ ਇਹ ਜਾਮ ਲਾ ਕੇ ਖੜ੍ਹ ਗਏ ਸਮਾਂ ਬੱਸਾਂ ਨੇ ਇਹਨੇ ਰੋਕ ਲਈਆਂ ਇਹਨਾਂ ਨੇ ਤਿੰਨ ਚਾਰ ਇਹ ਬੱਸਾਂ ਖਰਾਬ ਕਰਦੇ ਹੁਣ ਆਪਦੀ ਆਪ ਅੱਜ ਮਸਲਾ ਕੀ ਹੋਇਆ ਬੰਦਾ ਚੰਗਾ ਨਹੀਂ ਕੋਈ ਬੋਲਦੇ ਅਸੀਂ ਕੁਛ ਨਹੀਂ ਇਹਨਾਂ ਨੂੰ ਇਹ ਖਰਾਬ ਕਰਦੇ ਹੁਣ ਇਹ ਡੀ ਐਮ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਸਾਡੀਆਂ ਅਤੇ ਮੁੱਖ ਮੰਤਰੀ ਨੂੰ ਦਰਖਾਸਤ ਦਿੱਤੀ ਆ
ਅੱਜ ਮੰਗ ਕੀ ਕਰਦੇ ਹੋ? ਮੰਗ ਇਹ ਆ ਵੀ ਅੱਡਾ ਸਾਡਾ ਇਹ ਸਵਾਰੀ ਜਿਹੜੀ ਚੜ੍ਹਾਉਣ ਇਹ ਤਾਰ ਕੇ ਜਾਣ, ਇਸ ਤੋਂ ਚੱਕ ਕੇ ਲਿਆਉਣ। ਸਾਡੀਆਂ ਪੰਜਾਬ ਰੋਡਵੇਜ਼ ਪਨ ਬੱਸ ਦੀਆਂ ਬੱਸਾਂ ਕਿਸੇ ਵੀ ਰੂਟ 'ਤੇ ਜਦੋਂ ਚੱਲਦੀਆਂ ਹੈ ਤਾਂ ਜਿੰਨੇ ਸਾਡੇ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਸਟੋਪੇਜ ਹੈ ਉਹਨਾਂ ਸਟੋਪੇਜਾਂ 'ਤੇ ਅਸੀਂ ਅਕਸਰ ਬੱਸ ਨੂੰ ਰੋਕਦੇ ਹਾਂ, ਸਵਾਰੀ ਚੜ੍ਹਾਉਂਦੇ ਹਾਂ ਅਤੇ ਲਾਉਂਦੇ ਹਾਂ। ਇਸੇ ਤਰ੍ਹਾਂ ਹੀ ਸਾਡਾ ਝਵੇਲ ਵਾਲੀ ਅਤੇ ਵੜਿੰਗ ਜਿਹੜੀਆਂ ਬੱਸਾਂ ਲੌਂਗ ਰੂਟ ਦੀਆਂ, ਹੋ ਸਕਦਾ ਉਹਨਾਂ ਕਿਸੇ ਕੋਲ ਸਟੋਪੇਜ ਨਾ ਹੋਵੇ ਜ਼ਿਆਦਾ ਲੰਬੇ ਰੂਟ ਵਾਲੀਆਂ ਕੋਲ, ਪਰ ਲੋਕਲ ਬੱਸਾਂ ਕੋਲ ਸਟੋਪੇਜ ਹੈ। ਸਾਡੀ ਹਰ ਲੋਕਲ ਬੱਸ ਸਵਾਰੀ ਲਾ ਕੇ ਵੀ ਜਾਂਦੀ ਆ, ਚੜ੍ਹਾ ਕੇ ਵੀ ਲੈ ਕੇ ਜਾਂਦੀ ਆ, ਪਰੰਤੂ ਫਿਰ ਵੀ ਕੁਝ ਗੁੰਡਾਆਂ ਨੇ, ਝਵੇਲ ਵਾਲੀ ਅਤੇ ਵੜਿੰਗਾਂ ਦੇ ਲੋਕਾਂ ਨੇ, ਕੁਛ ਸ਼ਰਾਰਤੀ ਅਨਸਰ ਹੁੰਦੇ ਆ ਵਿੱਚ ਪਿੰਡ ਦੇ, ਉਹਨਾਂ ਨੇ ਸਾਡੀ ਬੱਸ 0595 ਜਿਹੜੀ ਕਿ ਵਾਪਸ ਚੰਡੀਗੜ੍ਹ ਜਾਣੀ ਸੀ ਉਸਨੂੰ ਨਜਾਇਜ਼ ਤੌਰ 'ਤੇ ਅੱਧਾ ਪੌਣਾ ਘੰਟਾ ਰੋਕ ਕੇ ਰੱਖਿਆ, ਜਿਹਦੇ ਕਰਕੇ ਉਹਦਾ ਧੁਰ ਤੋਂ ਧੁਰ ਦਾ ਜਿਹੜਾ ਟਾਈਮ ਮਿਸ ਹੋ ਗਿਆ। ਇਸ ਕਰਕੇ ਅਸੀਂ ਅੱਜ ਜਾਮ ਲਾਇਆ ਸੀ ਅਤੇ ਸਾਨੂੰ SHO ਬਰੀਵਾਲਾ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਉਹਨਾਂ 'ਤੇ ਦੋਸ਼ੀਆਂ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ। ਅਸੀਂ ਉਮੀਦ ਵੀ ਕਰਦੇ ਹਾਂ ਕਿ ਸ਼ਾਮ ਨੂੰ ਜਿਹੜੀ 5 ਵਜੇ ਮੀਟਿੰਗ ਬੁਲਾਈ ਆ ਉਸ ਦੇ ਵਿੱਚ ਬਣਦੀ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਜੇਕਰ ਕੋਈ ਪ੍ਰਸ਼ਾਸਨ ਵੱਲੋਂ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਤਾਂ ਅਸੀਂ ਕੱਲ੍ਹ ਨੂੰ ਮੁਕੰਮਲ ਤੌਰ 'ਤੇ ਜਿਹੜਾ ਮੁਕਤਸਰ ਪਨ ਬੱਸ ਦਾ ਡਿਪੂ ਬੰਦ ਕਰਕੇ ਅਤੇ ਰੋਡ ਜਾਮ ਕਰਾਂਗੇ ਅਤੇ ਨਾਲ ਹੀ SSP ਦਫ਼ਤਰ ਦੇ ਮੂਹਰੇ ਧਰਨਾ ਦੇਵਾਂਗੇ।